वाहेगुरु जी का खालसा वाहेगुरु जी की फतेह। दो क जरूरी गल्लां करनियां वा संगत दे नाल, ते जरूर ध्यान दिओ ते इहदे ते विचार भी देखो, ध्यान इस बार शेयर भी कर दिओ। पहली गल तां इह आ वी सिंघ नाम बारे गल करनी आ। सिंघ नाम इन्ना क कीमती आ वी सिंघ नाम लाउण लई पंज सिर देने पए सी पंजा प्यारिआं नूं। इह तों सिख पंथ जरूर जाणू आ वी साडे दस गुरु साहिबान होए आ, दसां गुरुआं दे विचों कल्ले गुरु गोबिंद सिंह जी महाराज दे नाल ही सिंघ लगा, बाकी नौ गुरुआं दे नाल सिंघ नहीं लगा। उन्हां ने अमृत की दात लई पंज प्यारिआं ने सिर दित्ते आ, फिर जाके किते सिंघ ना सानू मिलिआ वा। इह किते मूफली वट्टे नहीं मिलिआ गा, ठीक है जी। ते बाकी रही गल सिंघ नाम दी, इह गधे घोड़े दा इक मुल ना रखो। प्रचारकां नूं जथेदार साहिबाना नूं बेनती आ SGPC नूं वी तुसीं माड़ा मोटा सोचो विचारो, सानू जिवें जिवें नॉलेज मिलदी आ असीं गल्लबात करदे आ। तुसीं तां बहुत पहलों ते जाणदे इन्हां गल्लां नूं, तुसीं लागू करो तख्त साहिब तों, तुसीं लागू करो श्री अकाल तख्त साहिब तों वी जिन्ना चिर कोई भी बंदा अमृतधारी नहीं हुंदा, अमृत दी पौल नहीं छकदा, उह सिंघ ते कौर नां दी वरतों नहीं करूगा। सिंघ ते कौर नां दे शब्द ਇਹ ਕਿਸੇ ਜਣੇ ਖਣੇ ਦੇ ਨਾਂ ਨਾਲ ਲੱਗਣ ਵਾਲੇ ਨਹੀਂ ਹੈਗੇ, ਇਹ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਗੱਲਾਂ ਵਾ। ਇਹ ਲੋਕਾਂ ਤੱਕ ਪਹੁੰਚਦੀਆਂ ਹੋਣੀਆਂ ਚਾਹੀਦੀਆਂ, ਨਹੀਂ ਇਹਦੇ ਨਤੀਜੇ ਇਹ ਆ ਕਿਸੇ 12 ਸਾਲ ਦੀ 13 ਸਾਲ ਦੀ ਕੁੜੀ ਦਾ ਬਲਾਤਕਾਰ ਹੁੰਦਾ, ਕਦੇ 80 ਸਾਲ ਦੀ ਬਜ਼ੁਰਗ ਮਾਤਾ ਦਾ ਬਲਾਤਕਾਰ ਹੁੰਦਾ, ਉੱਥੇ ਨਾਮ ਲਿਖਿਆ ਹੁੰਦਾ ਫਲਾਨੇ ਸਿੰਘ ਨੇ ਕੀਤਾ। ਕਿਤੇ ਚੋਰੀ ਹੁੰਦੀ ਉੱਥੇ ਆਉਂਦਾ ਫਲਾਨੇ ਸਿੰਘ ਨੇ ਕੀਤੀ ਆ। ਕਿਸੇ ਮੜੀ ਤੇ ਕੋਈ ਦੀਵਾ ਜਗਾਉਣ ਜਾਂਦਾ ਉੱਥੇ ਕਹਿੰਦਾ ਫਲਾਨਾ ਸਿੰਘ ਜਗਾਉਣ ਚੱਲਿਆ। ਕਿਸੇ ਕਬਰ ਤੇ ਕੋਈ ਚਾਦਰ ਚੜਾਉਂਦਾ ਉੱਥੇ ਕਹਿੰਦੇ ਫਲਾਨਾ ਸਿੰਘ ਚੜਾਉਣ ਗਿਆ ਵਾ। ਕਿਸੇ ਮੰਦਿਰ ਦਾ ਕੋਈ ਟੱਲ ਖੜਕਾਉਂਦਾ ਵਾ, ਕੋਈ ਵੱਖਰੀ ਜਗ੍ਹਾ ਹੈਗੀ ਉੱਥੇ ਕਹਿੰਦੇ ਫਲਾਨਾ ਸਿੰਘ ਨੇ ਗਿਆ ਵਾ। ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਹੈਗੇ, ਪਰ ਸਿੰਘ ਨਾਮ ਨਾ ਵਰਤੋ। ਸਿੰਘ ਨਾਮ ਗੁਰੂ ਕੀ ਫੌਜ ਦਾ ਵਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿੰਘ ਨਾਮ ਅੰਮ੍ਰਿਤ ਤੋਂ ਬਾਅਦ ਦਿੱਤਾ ਵਾ, ਪਹਿਲਾਂ ਨਹੀਂ ਦਿੱਤਾ। ਤੇ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ, ਤੁਸੀਂ ਕਿਉਂ ਪਾਪਾਂ ਦੇ ਭਾਗੀ ਬਣਦੇ ਆ। ਜਵਾਕ ਜੰਮਦਾ ਹਜੇ ਬਾਅਦ ਚ ਤੁਸੀਂ ਪਹਿਲਾਂ ਹੀ ਉਹਦੇ ਨਾਂ ਨਾਲ ਸਿੰਘ ਨਾ ਦਿੰਦੇ ਆ। ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਤੁਸੀਂ ਇਸ ਚੀਜ਼ ਵੱਲ ਧਿਆਨ ਦਵੋ। ਤੁਸੀਂ ਇਹ ਗੱਲ ਕਹੋ ਵੀ ਭਾਈ ਜੇ ਕਿਸੇ ਨੇ ਆਪਦੇ ਨਾਂ ਨਾਲ ਸਿੰਘ ਲਾਉਣਾ, ਆਪਦੇ ਨਾਂ ਨਾਲ ਬੀਬੀ ਨੇ ਕੌਰ ਲਾਉਣਾ, ਉਹ ਪਹਿਲਾਂ ਅੰਮ੍ਰਿਤ ਦੀ ਦਾਤ ਲਵੇ ਫੇਰ ਆ, ਠੀਕ ਆ ਜੀ। ਇਸ ਗੱਲ ਵੱਲ ਜ਼ਰੂਰੀ ਧਿਆਨ ਦੇਣਾ ਪੈਣਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਲਿਆਂ ਨੇ ਕਹਿਣਾ ਗਾ ਆਹ ਹੁਣ ਨਵੇਂ ਹੀ ਚੱਲ ਪਿਆ ਕੰਮ, ਹੈ ਤਾਂ ਪੁਰਾਣਾ ਵਾ, ਅਸੀਂ ਕਦੇ ਬੋਲੇ ਨਹੀਂ, ਅਸੀਂ ਕਦੇ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ, ਪਰ ਪਖੰਡ ਦੇ ਅਸੀਂ ਵਿਰੋਧੀ ਆ। ਆਹ ਪੋਸਟਰ ਪਾਸਟਰ ਜੇ ਚੱਲੇ ਆ ਹੁਣ ਜਿਹੜੇ ਬੋਲਦੇ ਹੁੰਦੇ ਆ, ਠੀਕ ਆ, ਚਲੋ ਹੋਣਗੇ ਉਹ ਆਪਦੇ ਈਸਾਈ ਧਰਮ ਦੇ ਪ੍ਰਚਾਰਕ ਹੋਣਗੇ, ਮੈਨੂੰ ਨਹੀਂ ਪਤਾ ਪੋਸਟਰ ਕਹਿੰਦੇ ਕਿ ਪਾਸਟਰ ਕਹਿੰਦੇ ਆ, ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ। ਪਰ ਉਹ ਆਪਦਾ ਪ੍ਰਚਾਰ ਕਰਨ ਜਿੱਥੇ ਸਿੱਖਾਂ ਦੇ ਦੀਵਾਨ ਲੱਗਦੇ ਹੁੰਦੇ ਸੀਗੇ, ਹਿੰਦੂਆਂ ਦੇ ਜਗਰਾਤੇ ਹੁੰਦੇ ਆ, ਮੁਸਲਮਾਨਾਂ ਦੇ ਪ੍ਰੋਗਰਾਮ ਹੁੰਦੇ, ਉੱਥੇ ਈਸਾਈ ਵੀ ਕਰਨ, ਸਾਨੂੰ ਕੋਈ ਚੱਕਰ ਨਹੀਂ, ਖੁੱਲੀ ਛੁੱਟੀ ਆ। ਪਰ ਅਸੀਂ ਨਹੀਂ ਚਾਹੁੰਦੇ, ਜੇ ਤੁਸੀਂ ਉਸ ਧਰਮ ਦੇ ਵਿੱਚ ਉਸ ਦਾ ਪ੍ਰਚਾਰ ਕਰਨਾ ਚਾਹੁੰਦੇ ਆ, ਫਿਰ ਤੁਸੀਂ ਆਪਦੇ ਨਾਂ ਨਾਲ ਸਿੰਘ ਨਾ ਲਾਓ। ਸਿੰਘ ਸ਼ਬਦ ਨਾਂ ਵਾਲਾ ਤਾਂ ਬੰਦਾ ਪਖੰਡ ਕਰ ਹੀ ਨਹੀਂ ਸਕਦਾ, ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਆ। ਹਾਂ ਵੀ ਕੀ ਹੋਇਆ, ਇਹ ਤਾਂ ਤੁਰਦੀ ਨਹੀਂ ਸੀ 20 ਸਾਲਾਂ ਤੋਂ, ਤੇ ਅੱਜ ਆ ਕੇ ਤੁਰਨ ਲੱਗ ਗਈ ਆ। ਆ ਪਿੱਛੇ ਜੇ ਇੱਕ ਉਪਕਾਰ ਦੀਪ ਕੇ ਉਪਕਾਰ ਜੋਤ ਕੋਈ ਕੁੜੀ ਹੈਗੀ ਇੱਥੋਂ ਦੀ, ਤੁਸੀਂ ਕਹਿੰਦੇ ਉਹਨੂੰ ਬੀਬੀ ਜਾਂ ਭੈਣ ਨਹੀਂ ਆਖਿਆ, ਕੁੜੀ ਕਿਉਂ ਆਖਿਆ, ਕੁੜੀ ਦਾ ਮਤਲਬ ਕੂੜਾ ਕਹਿੰਦੇ ਆ। ਉਹ ਤੂੰ ਸ਼ਰਮ ਖਾਲਾ, ਤੇਰੇ ਦਮਾਲਾ ਸਜਾਇਆ, ਤੂੰ ਉਹ ਦਵਾਨੀ ਦਾ ਬੰਦਾ ਨੀ ਜਿਹਦੇ ਮੂਹਰੇ ਖੜੇ ਕਹੀ ਜਾਂਦੀ ਆ ਵੀ ਤੇਰੇ 22-23 ਨੰਬਰ ਦੀ ਐਨਕ ਲੱਗੀ ਸੀ ਤੇ ਉਹਦੇ ਤੈਨੂੰ ਦਿਸਣ ਲੱਗ ਗਿਆ। ਸਿੱਖਾਂ ਨੂੰ ਸੋਚਣਾ ਪੈਣਾ, ਅਸੀਂ ਤੁਹਾਨੂੰ ਇਹ ਗੱਲ ਸੂਚਿਤ ਕਰ ਦਈਏ, ਸਾਨੂੰ ਵੀਡੀਓ ਫੋਟੋ ਜਿਹੜੇ ਭੇਜਦੇ ਆ। ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਪਹਿਲੀ ਗੱਲ ਇਹ ਆ ਵੀ ਸਿੱਖ ਕਦੇ ਵੀ ਆਪਦਾ ਧਰਮ ਨਹੀਂ ਬਦਲਦਾ, ਤੇ ਜੋ ਆਪਦਾ ਧਰਮ ਬਦਲ ਲਵੇ ਉਹ ਕਦੇ ਸਿੱਖ ਨਹੀਂ ਹੁੰਦਾ। ਇਸ ਕਰਕੇ ਇਹਨਾਂ ਚੀਜ਼ਾਂ ਵੱਲ ਐਵੇਂ ਬਾਹਲਾ ਨਹੀਂ ਆਪਾਂ ਨੂੰ ਜਾਣ ਦੀ ਲੋੜ। ਸਾਡੇ ਵੱਲੋਂ ਉਹ ਉਹਨਾਂ ਪੋਸਟਰਾਂ ਕੋਲੇ ਮੱਥਾ ਟੇਕਣ ਜਾਣ, ਉਹਨਾਂ ਦੇ ਪ੍ਰਚਾਰਾਂ ਦੇ ਵਿੱਚ ਜਾਣ, ਚਾਹੇ ਉਹਨਾਂ ਨੂੰ ਕੁੜੀਆਂ ਦੇਣ, ਰਿਸ਼ਤੇ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਸਾਨੂੰ ਇਹ ਗੱਲਾਂ ਚੁਭਦੀਆਂ ਵਾ, ਨਾਂ ਦੇ ਨਾਲ ਸਿੰਘ ਹੋਵੇ, ਨਾਂ ਦੇ ਨਾਲ ਕੌਰ ਹੋਵੇ, ਪਿੱਛੇ ਸ਼ਬਦ ਜੁਝਾਰੂਆਂ ਦੇ ਲੱਗੇ ਹੋਣ, ਪੰਜਾਂ ਸਿਰਾਂ ਪਿੱਛੇ ਜਿਹੜਾ ਸਾਨੂੰ ਸ਼ਬਦ ਮਿਲਿਆ ਸਿੰਘ ਤੇ ਕੌਰ, ਉਹ ਜਾ ਕੇ ਉੱਥੇ ਲੱਛਣ ਜੇ ਕਰਦੇ ਆ ਨਾ, ਇਹ ਅਸੀਂ ਨਹੀਂ ਜਰੇ ਜਾਣੇ ਸਾਡੇ ਤੋਂ।
ਅਸੀਂ ਉਹ ਪਾਸਟਰਾਂ ਨੂੰ ਪੋਸਟਰਾਂ ਨੂੰ ਚਲੋ ਉਹਨਾਂ ਉਹ ਪ੍ਰਚਾਰਕ ਆ ਉਹਦੇ ਧਰਮ ਦੇ, ਸਾਨੂੰ ਉਹਨਾਂ ਤੱਕ ਕੋਈ ਮਤਲਬ ਨਹੀਂ। ਜਦੋਂ ਸਾਡੇ ਬੰਦੇ ਇਹ ਕੰਮ ਕਰਦੇ ਸਾਨੂੰ ਉਦੋਂ ਗੁੱਸਾ ਚੜਦਾ। ਇੱਕ ਗੱਲ ਪੰਜਾਬ ਵਾਲੇ ਧਿਆਨ ਨਾਲ ਸੁਣ ਲੈਣ, ਚਾਹੇ ਮੈਨੂੰ ਵਾਰ ਵਾਰ ਜਲੀਲ ਕਿਉਂ ਨਾ ਕੀਤਾ ਜਾਵੇ ਵੀ ਤੂੰ ਮੁਸਲਮਾਨਾਂ ਦਾ ਮੁੰਡਾ ਵਾ, ਸਾਨੂੰ ਇਸ ਚੀਜ਼ ਤੱਕ ਕੋਈ ਮਤਲਬ ਨਹੀਂ, ਕਿਉਂਕਿ ਜਿਹੜੇ ਰਾਹ ਫੜ ਲਏ ਸਾਨੂੰ ਤਾਂ ਜੋ ਕੁਛ ਦੇਣਾ ਸਾਨੂੰ ਇਸ ਚੀਜ਼ ਦਾ ਫਲ ਦੇਣਾ ਉਹ ਸਾਡੇ ਮਹਾਰਾਜ ਨੇ ਦੇਣਾ, ਇਹਨਾਂ ਲੋਕਾਂ ਨੇ ਨਹੀਂ ਦੇਣਾ ਗਾ। ਜਦੋਂ ਤੁਸੀਂ ਇਤਿਹਾਸ ਅਨੰਦਪੁਰ ਸਾਹਿਬ ਦੀ ਧਰਤੀ ਦਾ ਪੜ੍ਹੋਗੇ ਤਾਂ ਉਦੋਂ ਤੁਹਾਨੂੰ ਪਤਾ ਲੱਗਣਾ ਇਹਦੀ ਕੀਮਤ ਕੀ ਆ। ਤੁਸੀਂ ਬੰਨ ਕੇ ਪੱਗੜ ਏਡੇ ਏਡੇ, ਤੁਸੀਂ ਬੰਨ ਕੇ ਦਸਤਾਰਾਂ, ਤੁਸੀਂ ਬੰਨ ਕੇ ਗੋਲ ਦਮਾਲੇ, ਉਹ ਦਵਾਨੀ ਦੇ ਬੰਦਿਆਂ ਮੂਹਰੇ ਲੜਦੇ ਤੁਰੇ ਫਿਰਦੇ ਆ, ਸਾਨੂੰ ਉਹਨਾਂ ਤੇ ਗੁੱਸਾ ਨਹੀਂ ਤੁਹਾਡੇ ਤੇ ਆਉਂਦਾ, ਤੇ ਇਹ ਗੁੱਸਾ ਹੀ ਨਹੀਂ ਆਉਂਦਾ। ਇਹ ਗੁੱਸਾ ਕਿਸੇ ਮੁੜ ਕੇ ਹੋਰ ਕੰਮ ਚ ਬਦਲ ਜਾਵੇ ਤੇ ਆਪਦਾ, ਜੇ ਤੁਸੀਂ ਉੱਥੇ ਜਾਣਾ ਹੁੰਦਾ ਸਾਡੇ ਲੋਕ ਭਾਵੇਂ ਰਹਿਤਾ ਰੋਜ਼ ਲੈ ਕੇ ਜਾਇਆ ਕਰੋ, ਤੇ ਪਰ ਉਹ ਧਿਆਨ ਰੱਖਿਆ ਕਰੋ ਉੱਥੇ ਜਾ ਕੇ ਸਿੰਘ ਨਾਮ ਨਾ ਬਣਾਓ, ਪੱਗ ਨਾ ਬੰਨ ਕੇ ਜਾਓ। ਪੱਗ ਦਸਵੇਂ ਪਾਤਸ਼ਾਹ ਦੀ ਆ, ਤੂੰ ਤੁਹਾਡੀ ਨਹੀਂ ਹੈਗੀ ਨਾ ਸਾਡੀ ਆ, ਠੀਕ ਆ। ਤੇ ਬਾਕੀ ਪ੍ਰਚਾਰਕਾਂ ਨੂੰ ਤੇ ਜਥੇਦਾਰ ਸਾਹਿਬਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਸਖ਼ਤ ਐਕਸ਼ਨ ਤੁਸੀਂ ਲੈ ਸਕਦੇ ਆ, ਸਾਡੇ ਤੇ ਤਾਂ ਉਦੋਂ ਹੀ ਠੋਕ ਕੇ ਅੰਦਰ ਜੂਏ ਵੀ ਲਾ ਦਿੰਦੇ, ਸਾਡੇ ਮੁੜ ਕੇ ਤੁਹਾਡਾ ਸਾਹ ਨਹੀਂ ਨਿਕਲਦਾ ਸਾਡੇ ਵੀਰੀ। ਤੇ ਜੇ ਅਸੀਂ ਬਰੋਬਰ ਦੀ ਧਿਰ ਬਣ ਕੇ ਟੱਕਰੇ ਫਿਰ ਤੁਹਾਡੀ ਚੀਕ ਨਿਕਲਦੀ ਆ ਵੀ ਇਹ ਕੱਲ ਦੇ ਸ਼ੋਰ ਸਾਤੋਂ ਗਾਹ ਲੰਘਦੇ ਜਾਂਦੇ ਆ। ਇਸ ਗੱਲ ਵੱਲ ਧਿਆਨ ਦਿਓ, ਜੇ ਨਾ ਧਿਆਨ ਦਿੱਤਾ ਗਿਆ ਤੇ ਫਿਰ ਗਾਹ ਤੁਹਾਨੂੰ ਨਤੀਜੇ ਪਤਾ ਹੀ ਆ ਕੀ ਹੁੰਦੇ ਆ। ਫਿਰ ਤੁਸੀਂ ਕਹਿੰਦੇ ਸਿੱਖ ਬਦਨਾਮ ਹੁੰਦੇ, ਸਿੱਖ ਨਹੀਂ ਬਦਨਾਮ ਹੁੰਦੇ ਨਾ ਹੋਣੇ ਆ, ਤੁਸੀਂ ਬਦਨਾਮ ਕਰਦੇ ਆ, ਤੁਸੀਂ ਆਪਦੀ ਪਾਵਰ ਨੂੰ ਹੀ ਨਹੀਂ ਸਮਝਦੇ, ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਕੋਲੇ ਕਿਹੜੀ ਪਾਵਰ ਆ। ਤੁਸੀਂ ਕਹੋਗੇ ਅੱਗੇ ਵੀ ਯਾਰ ਕਈ ਵਾਰ ਜਿਹੜੇ ਬੰਦੇ ਨੇ ਗੱਲਾਂ ਆਖੀਆਂ, ਅੰਮ੍ਰਿਤਪਾਲ ਸਿੰਘ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਸਮਝਦਾ ਹੀ ਨਹੀਂ, ਮੈਂ ਤਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਸਮਝਦਾ, ਕਿਉਂਕਿ ਅਸੀਂ ਸਰਬੱਤ ਖਾਲਸਾ ਨੂੰ ਫੋਲੋ ਕਰੀ ਬੈਠੇ ਸੀ ਤੇ ਸਰਬੱਤ ਖਾਲਸਾ ਦੀ ਗੱਲ ਅਸੀਂ ਮੋੜ ਨਹੀਂ ਸਕਦੇ। ਅਸੀਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਈਏ, ਅਰਦਾਸਾਂ ਸੋਧ ਕੇ ਅਸੀਂ ਮੰਨ ਲਾਂਗੇ ਵੀ ਚਲੋ ਕੋਈ ਨਾ ਕਾਰਜਕਾਰੀ ਜਥੇਦਾਰ ਸਾਹਿਬ ਹੋ ਸਕਦੇ ਆ, ਚਲੋ ਹੁਣ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ, ਅਸੀਂ ਆ ਵੀ ਜਾਵਾਂਗੇ, ਅਸੀਂ ਨਮਸਤਕ ਵੀ ਹੋ ਜਾਵਾਂਗੇ ਉੱਥੇ, ਕੋਈ ਚੱਕਰ ਨਹੀਂ। ਪਰ ਜਥੇਦਾਰ ਵਾਲੇ ਗੁਣ ਚਾਹੀਦੇ ਆ, ਅਖਬਾਰਾਂ ਵਾਲਾ ਜਥੇਦਾਰ ਨਹੀਂ ਸਾਨੂੰ ਚਾਹੀਦਾ, ਸਾਨੂੰ ਨਿਊਜ਼ ਪੇਪਰਾਂ ਵਾਲਾ ਜਥੇਦਾਰ ਨਹੀਂ ਚਾਹੀਦਾ। ਜੇ ਕੋਈ ਵੀ ਘਟਨਾ ਵਾਪਰਦੀ ਆ ਅਖਬਾਰ 'ਚ ਖਬਰ ਆ ਜਾਂਦੀ ਆ, ਉਹੋ ਜਿਹੇ ਗਾਂ ਮੁਖੀ ਵੀ ਹੈਗੇ ਆ ਹੋਰ ਬਥੇਰੇ, ਬਾਬਾ ਹਰਨਾਮ ਸਿੰਘ ਧੁੰਮਾ ਦੇਖ, ਤੁਸੀਂ ਵੇਖ ਲਓ ਸਾਰੀਆਂ ਉਹ ਨਿਊਜ਼ਾਂ ਦੇਖ ਲਓ, ਉਹਨਾਂ ਦੇ ਆਈਡੀਆਂ ਉਡੀਆਂ ਦੇਖ ਲਓ। ਜੇ ਕੋਈ ਬੇਅਦਬੀ ਹੋ ਜੇ ਬਹੁਤ ਮੰਦਭਾਗੀ ਘਟਨਾ, ਕਿਸੇ ਸਿੱਖ ਦੀ ਬੀਬੀ ਦੀ ਇੱਜ਼ਤ ਲੁੱਟੀ ਜਾਵੇ ਬਹੁਤ ਮੰਦਭਾਗੀ ਘਟਨਾ, ਜੇ ਕਿਸੇ ਗਰੀਬ ਨਾਲ ਧੱਕਾ ਹੋ ਜੇ ਬਹੁਤ ਮੰਦਭਾਗੀ ਘਟਨਾ, ਉਹ ਤਾਂ ਸਾਨੂੰ ਪਤਾ ਮੰਦਭਾਗੀ ਘਟਨਾ, ਤੁਸੀਂ ਐਕਸ਼ਨ ਕਦੋਂ ਲਓਗੇ ਇਸ ਗੱਲ ਦਾ ਜਵਾਬ ਦਿਓ। ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਸੀਂ ਮੰਨ ਲਾਂਗੇ, ਤੁਹਾਨੂੰ ਕੋਈ ਚੱਕਰ ਨਹੀਂ, ਪਰ ਜਥੇਦਾਰਾਂ ਵਾਲੀ ਕਾਰਜਕਾਰੀ ਵੀ ਕਰੋ, ਕਾਰਜ ਕਰੋ ਜਥੇਦਾਰ ਸਾਹਿਬ ਵਾਲਾ। ਤੁਸੀਂ ਇਕੱਲੇ ਸਿੰਘ ਤੇ ਨੌ ਕੌਰ ਨਾਂ ਦੇ ਸ਼ਬਦ ਨੂੰ ਪਵਿੱਤਰ ਨੂੰ ਬਚਾਲੋ ਨਾ ਅੱਜ, ਤੇ ਅੱਧਾ ਪੰਥ ਬਚ ਜੂਗਾ, ਸਮਝ ਗਏ। ਉੱਥੇ ਤੁਸੀਂ ਵੇਖਦੇ ਆ ਜਿਹੜਾ ਜਿੱਦਾਂ ਨੂੰ ਤੁਰਿਆ ਆਂਦਾ ਮੜੀ ਮਸਾਣੀ ਸਾਧਾ ਸੰਤਾਂ ਦੇ ਤੁਰਿਆ ਫਿਰਦਾ ਐਵੇਂ ਲੰਡੂਆਂ ਦੇ, ਤੇ ਉਹਦੇ ਨਾਂ ਨਾਲ ਕੌਰ ਆ ਤੇ ਸਿੰਘ ਆ, ਤੁਸੀਂ ਕਿਵੇਂ ਕਹਿ ਦੋਗੇ ਵੀ ਸਿੰਘ ਪਖੰਡਵਾਦ ਨੂੰ ਨਹੀਂ ਮੰਨਦਾ? ਉੱਥੇ ਤਾਂ ਮੰਨੀ ਜਾਂਦੇ ਆ। ਇਹਨਾਂ ਗੱਲਾਂ ਵੱਲ ਗੌਰ ਕਰੋ ਤੁਸੀਂ, ਹਰੇਕ ਧਰਮ ਨੂੰ ਹੱਕ ਆ ਆਪਦਾ ਪ੍ਰਚਾਰ ਕਰਨ ਦਾ, ਕਰੇ ਉਹ ਚੌਂਕੀਆਂ ਭਰਾਵੇ, ਉਹ ਚਾਦਰਾਂ ਚੜਾਵੇ, ਉਹ ਕਿਸੇ ਦੇ ਆਹ ਪਖੰਡ ਕਰੇ ਵੀ ਇਹ ਤੋਂ ਤੁਰਿਆ ਨਹੀਂ ਜਾਂਦਾ ਸੀ, ਇਹਦਾ ਨਿਗਾਹ ਘੱਟ ਸੀ, ਹੁਣ ਮੁੜਿਆ ਹੀ ਇਹ ਜਾਂਦੇ ਮਰੇ ਜਾਂਦੇ ਕਰਤੇ, ਸਾਨੂੰ ਕੋਈ ਚੱਕਰ ਨਹੀਂ ਹੈਗਾ। ਪਰ ਉੱਥੇ ਅਸੀਂ ਕੋਈ ਸਿੰਘ ਤੇ ਕੌਰ ਨਾਮ ਸ਼ਬਦ ਨਹੀਂ ਵਰਤਣਾ ਚਾਹੁੰਦੇ ਗੇ, ਉਹ ਨਾ ਵਰਤਣ। ਸਾਡੇ ਵੱਲੋਂ ਤੁਸੀਂ ਉਹਦੇ ਨਾਲ ਰੋਟੀ ਬੇਟੀ ਸਾਂਝੀ ਕਰੋ, ਸਾਡੇ ਵੱਲੋਂ ਉਹਨਾਂ ਨੂੰ ਘਰ ਜ਼ਮੀਨ ਜਾਇਦਾਦ ਕਰੋ। ਦੂਜੀ ਗੱਲ ਰਹਿ ਚੱਲੀ ਸੀ ਵਿੱਚੋਂ, ਤੁਸੀਂ ਕਹੋਗੇ ਇਹ ਬੰਦੇ ਨੇ ਜਿਹੜੇ ਹੁਣ ਆਏ ਆ ਈਸਾਈ ਧਰਮ ਵਾਲੇ ਪ੍ਰਚਾਰਕ ਆ, ਉਹ ਸਾਨੂੰ ਸਕੂਲੀ ਵਿੱਦਿਆ, ਸਾਨੂੰ ਉਹ ਰਹਿਣ ਲਈ ਕੋਠੀਆਂ, ਸਾਨੂੰ ਉਹ ਮੈਡੀਕਲ ਸਹਾਇਤਾ ਫ੍ਰੀ ਦਿੰਦੇ ਆ, ਸਿੱਖ ਕੀ ਦਿੰਦੇ ਆ? ਗੱਲ ਹਮੇਸ਼ਾ ਯਾਦ ਰੱਖਿਓ, ਸਿੱਖੀ ਵਾਲੇ ਰਾਹ ਤੇ ਚਰਖੜੀਆਂ ਚੜ੍ਹਨੀਆਂ ਪੈਣੀਆਂ, ਤੱਤੀ ਤਵੀ ਤੇ ਬਹਿਣਾ ਪੈਣਾ, ਰੰਬੀਆਂ ਦੇ ਨਾਲ ਖੋਪੜ ਲੈਣੇ ਆ, ਬੱਚੇ ਨੀਹਾਂ 'ਚ ਚਿਣੇ ਜਾਣੇ ਆ, ਮੀਰ ਮੰਨੂ ਦਾ ਸਮਾਂ ਵੇਖਣਾ ਪੈਣਾ, ਮਾਵਾਂ ਨੂੰ ਆਪਦੇ ਬੱਚਿਆਂ ਦੇ ਟੋਟੇ ਕਰਾ ਕੇ ਗਾਲਾਂ ਦੇ ਵਿੱਚ ਹਾਰ ਪਾਉਣੇ ਪੈਣੇ ਆ। ਸਿੱਖੀ ਸੌਖੀ ਨਹੀਂ ਮਿਲਦੀ, ਸਿੱਖੀ ਤੁਹਾਨੂੰ ਕਾਲਜ ਫ੍ਰੀ ਕਰਕੇ ਨਹੀਂ ਮਿਲਣੀ, ਸਿੱਖੀ ਤੁਹਾਨੂੰ ਹਸਪਤਾਲ ਫ੍ਰੀ ਬਣਾ ਕੇ ਨਹੀਂ ਮਿਲਣੀ, ਸਿੱਖੀ ਤੁਹਾਨੂੰ ਘਰ ਬਣਾ ਕੇ ਨਹੀਂ ਮਿਲਣੀ। ਸਿੱਖੀ ਦੇ ਰਸਤੇ 'ਤੇ ਤਾਂ ਘਰ ਉੱਜੜਦੇ ਆ, ਕਿ ਅਨੰਦਪੁਰ ਦਾ ਕਿਲ੍ਹਾ ਨਹੀਂ ਛੱਡਣਾ ਪੈ ਗਿਆ ਸੀ? ਅਨੰਦਪੁਰ ਦੇ ਵਾਸੀ ਸੀਗੇ ਤੇ ਉੱਜੜ ਨਹੀਂ ਗਿਆ ਸੀ, ਖਤਮ ਹੋ ਗਈ ਸੀ, ਬੱਚੇ ਨਹੀਂ ਨੇਹਾਂ 'ਚ ਚਿਣੇ ਗਏ? ਤੇ ਤੁਸੀਂ ਆਹ ਆਪਦੀ 4 ਸਾਲਾਂ ਦੀ ਜ਼ਿੰਦਗੀ, ਚੰਦ ਦਿਨਾਂ ਦੀ ਜ਼ਿੰਦਗੀ ਜਿਉਣ ਲਈ ਉਹ ਦੂਜੀਆਂ ਲੋਕਾਂ ਪਖੰਡਵਾਦ ਪਿੱਛੇ ਮੂਹਰੇ ਉੱਥੇ ਡਿੱਗਦੇ ਫਿਰਦੇ ਆ, ਅਕਲ ਤੁਹਾਨੂੰ ਕਦੋਂ ਆਊਗੀ? ਸਜ਼ਾ ਇਹਨਾਂ ਚੀਜ਼ਾਂ ਦੀ ਦੋ ਜਾਣੇ ਧਿਰਾਂ ਨੂੰ ਮਿਲਣੀ ਆ,
पहली धर होगी जथेदारां दी मुखियां दी। जे असी दुनिया ते राज कीता ते साडे जथेदार मूहरे लगे सी असी तां कीता, संगत हमेशा पिछे हुंदी आ, पंथ हमेशा पिछे हुंदा। जे असी अज गुलाम होई बैठे आ, साडी सोच गुलाम आ, साडे ते होर बंदे आके राज करी जांदे आ, ओह वी जथेदारां दी देण ही आ। पहली सजा महाराजा अगे जथेदारां नूं मिलनी आ, वी जदों तुसी पंथ दे जथेदार सी, तुसी किसे संपर्दा दे जथेदार सी, थोड़े हुंदिया सिखां नूं क्यों जाणा पिया उधर। दूजी सजा सानू संगत नूं मिलूगी, वी जे जथेदार निकम्मे सीगे ते जे मुखी निकम्मे सी ते फिर थोड़े की सप लड़िया सी, जदों थोड़े पुरखियां ने शहीदियां दित्तियां, थोड़ियां बीबियां ने, थोड़ियां मावां भैणां ने इन्नियां शहीदियां दित्तियां जंग दे मैदान विच गईयां, ते की थोड़े तो नहीं जा हुंदा सी, तुसी बागी हो जांदे उहनां तों, सिख बागी जां बादशाह विच उतारे तां स्थिती कोई नहीं इहनां दी, ते तुहाडे कोले ना तुसी बागी ना बादशाह, ते तुसी तां गुलाम आ सारे। ते जथेदार साहब जी ये गल वल ध्यान दवो, कौर ते सिंह शब्द नूं बचा लो, बेनती आ साडी, ते ये काम होर ही पासे उठ जाणा वा, फिर सांभणा औखा हो जांदा हुंदा। फिर तुसी आह परचियां कढ़दे फिरदे हुंदे अंदर खाते भी ऐतकी आह बंदा चको जी, ऐतकी आह बंदा चको, परवाह कोई नहीं, चार दिन हैगे आ जिंदगी दे, जिहो जे निकलणगे कढ लांगे, पर जिन्ना चिर हैगे उन्ना चिर असी बोलदे रहांगे, असी किसी तो डरदे नहीं हैगे, सत्कार असी उहदा करांगे चाहे कोई चंगा चाहे माड़ा, जे माड़ा वा ते साडा जथेदार भी माड़ा, ते जे चंगा वा ते विरोधियां दा जथेदार भी चंगा वा, सानू इस चीज़ की कहण की कोई संग शर्म नहीं हैगी। इन्हां गल्लां वल ध्यान देना पैणा, ते नहीं फिर गांह नतीजे भुगतने औखे हो जाणगे, फिर तां खेडा अपना खत्म ही आ, पहलों ही खत्म होए बैठे आ। ਇੰਨੀਆਂ ਗੱਲਾਂ ਕਹਿਣੀਆਂ ਸੀ, ਜ਼ਰੂਰ ਸੰਗਤ ਵਿਚਾਰ ਦੇਵੇ ਅਤੇ ਇਹ ਜਥੇਦਾਰਾਂ ਤੱਕ ਗੱਲ ਪਹੁੰਚਦੀ ਜ਼ਰੂਰ ਕਰੇ, ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਤੱਕ ਗੱਲ ਪਹੁੰਚਦੀ ਜ਼ਰੂਰ ਕਰੋ, ਵੀ ਗਿਆਨੀ ਜੀ ਇਸ ਚੀਜ਼ ਵੱਲ ਧਿਆਨ ਦੇਵੋ, ਹੋ ਕੀ ਰਿਹਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।